ਅਸਲਾਮੁ ਅਲੈਕੁਮ ਦੋਸਤੋ, ਅੱਜ ਨਾ ਪਹੁੰਚੇ ਆਰਫ ਵਾਲਾ ਮੰਡੀ, ਜਿਹੜੀ ਸਾਡੇ ਲਹਿੰਦੇ ਪੰਜਾਬ ਦੀ ਬਹੁਤ ਮਸ਼ਹੂਰੋ ਮਰੂਫ ਤਰੀਖੀ ਮੰਡੀ ਹੈ। ਅਤੇ ਮੰਡੀ ਦੇ ਵਿੱਚ ਇੱਕ ਟਾਪਰ ਝੋਟੀ ਜਿਹੜੀ ਹੈ ਨਾ, ਬਹੁਤ ਪਸੰਦ ਆਈ। ਮੈਂ ਕਿਹਾ ਆਪਦੇ ਭਰਾਵਾਂ ਨੂੰ ਵੀ ਸ਼ੌਕ ਕਰਾਈਏ। ਤਾਰੀਖ ਅੱਜ 8ਵਾਂ ਮਹੀਨਾ 2024। ਅਤੇ ਜਿਹੜੀਆਂ ਵੰਡਾਂ ਨੇ ਨਾ, ਕਮਾਲ ਦੀਆਂ ਨੇ ਜੀ, ਪੂਰੀਆਂ ਬੰਤਰਾਂ, ਸੋਹਣਾ ਲਿਬਾਸ, ਅਤੇ ਅੱਲਾ ਪਾਕ ਨੇ ਜਿਹੜਾ ਹੁਸਨ ਦਿੱਤਾ ਬੇਮਿਸਾਲ ਹੈ। ਜਿਹੜੇ ਮੇਰੇ ਵੀਰ ਰਾਏ ਸਾਕਬ ਅਲੀ ਉਕਾੜਾ ਐਨੀਮਲ ਟੀਵੀ ਨਾਲ ਅਟੈਚ ਨੇ, ਅੱਜ ਦਾ ਬ੍ਰਾਂਡ ਉਹਨਾਂ ਨੂੰ ਵਿਖਾਉਣਾ। ਬਾਕੀ ਸਦਾ ਬਾਦਸ਼ਾਹ ਹੀ ਉਹ ਸੋਹਣੇ ਰੱਬ ਦੀ, ਅਤੇ ਉਹਦਾ ਹੀ ਨਾਂ ਹੈ ਜਿਹਨੇ ਇਹ ਜਿਹੇ ਅਨਮੋਲ ਹੀਰੇ ਬਣਾਏ ਨੇ। ਅਤੇ ਜਿਹੜੀ ਗੱਲ ਛਾਲੇ ਭਾਈ ਹੋਰਾਂ ਨਾਲ ਹੋਏਗੀ, ਖਾਲਸ ਦੁੱਧ ਵਾਲਾ ਵਾਨ ਹੈ ਧੁੰਨੀ ਤੋਂ ਲੈ ਕੇ ਅਤੇ ਸਾਰ ਤਿੱਕਰ, ਮਾਸ਼ਾਅੱਲਾ। ਇਹਨੂੰ ਨਾ ਭਾਈ ਜਾਨ ਪੈਰੋਂ ਕੱਢਣਾ ਹੀ, ਥੋੜ੍ਹੀ ਟੋਰਨੀ ਹੈ, ਠੀਕ ਹੈ ਨਾ। ਇੱਥੇ ਜਨਾਬ ਤਸੱਲੀ ਕਰਨੀ, ਮਾਸ਼ਾਅੱਲਾ ਲਿਬਾਸ ਸੋਹਣਾ ਚੌੜਾ, ਅਤੇ ਫਾੜੀ ਵਾਲਾ ਚੱਡਾ, ਅਤੇ ਹੱਡੀਆਂ ਚੰਗੀਆਂ, ਅਤੇ ਚਿਹਰੇ ਦੀ ਖੂਬਸੂਰਤੀ ਵੀ ਬੜੀ ਕਮਾਲ ਦੀ ਹੈ। ਇਹਦੇ ਨਾਲ ਪੈਰੋਂ ਕੱਢੀ ਥੋੜ੍ਹੀ ਜਿਹੀ, ਇੱਧਰ ਨੂੰ ਹੀ ਜਾਣ ਦੇਣਾ ਮੈਦਾਨ 'ਚ। ਮਾਸ਼ਾਅੱਲਾ, ਬਾਕੀ ਜੀ ਲੈਣੇ ਦੇਣੇ ਨਸੀਬ ਨੇ ਇਨਸ਼ਾਅੱਲਾ ਤਾਲਾ ਨਾ, ਮੈਂ ਇਹਦੇ ਵਿੱਚ ਕੋਈ ਕਮੀ ਨਹੀਂ, ਆਰ ਪਾਸੋਂ ਪੂਰੀ, ਅਤੇ ਟੋਰਾਂ ਵੀ ਸੋਹਣੀਆਂ, ਅਤੇ ਸੋਹਣਾ ਲਿਬਾਸ ਹੈ ਮਾਸ਼ਾਅੱਲਾ। ਕਿਆ ਕਹਿਣੇ ਨੇ ਜੀ, ਪਿਆਰ ਨਾਲ ਮਾਲਕ ਬਿੱਲੋ ਬਿੱਲੋ ਸਾਦੇ ਨੇ, ਅਤੇ ਜਿਹੜੇ ਬੰਦੇ ਨੇ ਵੀ ਲੈਣੀ ਹੈ ਨਾ, ਇਹਦਾ ਨਾਂ ਬਿੱਲੋ ਲੈ ਚੱਲ ਵੀ ਜਵਾਨਾ। ਕੋੜੀ ਬਿਲਕੁਲ ਨਹੀਂ ਧੁੰਨੀ ਕੋਨੀ ਥੱਲੇ, ਚਾਰਾਂ ਪਾਸੋਂ ਸੋਹਣੀਆਂ ਵੰਡਾਂ ਨੇ, ਲਈ ਚੱਲ ਲਾ ਲਿਆ ਬੰਨ ਲੈ ਸੂ। ਇਹ ਮੈਂ ਤਾਂ ਪਰਾ ਕਰੇ ਨਾ, ਜਿਹੜੀ ਨੂੰ ਜਾ ਪਰਾ ਕੱਢ ਤਾ ਕੇ ਨਾ। ਇੱਧਰਲੇ ਪਾਸੇ ਹੋ ਜਾਏ, ਇੱਧਰ ਨੂੰ ਕਰ ਹਾਂ ਮੈਂ ਨੂੰ ਉੱਧਰ, ਚਲੋ। ਮਾਸ਼ਾਅੱਲਾ ਜੀ, ਕਿਆ ਬਾਤ ਹੈ, ਥੱਲੇ ਇਹਦੇ ਕੀ ਲਾਲਾ ਪਲਾ, ਕੱਟਾ ਕੱਟੀ ਕੱਟਾ ਵੀ ਵਹਾਓ। ਹਾਂ, ਕਿੱਥੇ ਖੜੋਤਾ ਚੈੱਕ ਕਰਾਇਆ ਬੱਚਾ ਮੈਂ ਤਾਂ। ਬਸ ਬੱਚਾ ਹੀ ਵੇਖਣਾ, ਇੱਥੇ ਚੈੱਕ ਕਰਾ ਦੇ ਕਿੰਨੇ ਕੁ ਦਿਨਾਂ ਦੀ ਸੂਈ ਪਲਾ ਲਾ ਲੇ। ਆ ਜਾ ਹੈਦਰ, ਬਸ ਮਾਸ਼ਾਅੱਲਾ ਜੀ, ਕਿਆ ਬਾਤ ਲਾ ਲਿਆ। ਆ ਹੈਦਰ ਮੈਦਾਨ 'ਚ, ਤੇਰੇ ਨਾਲ ਇਹਦੀ ਗੱਲ ਛੱਲ ਕਰੀਏ, ਤੁਸੀਂ ਕਰਨੀ। ਹਾਂਜੀ ਭਾਈ ਰਿਆਜ਼, ਸੁਣਾਓ ਸਾਹਮਣੇ ਕੈਮਰੇ ਦੇ ਕਿ ਸਾਈਡ ਤੇ ਹੋ ਕੇ ਗੱਲ ਕਰਨੀ, ਜਿੱਥੇ ਆਖੋ ਜੀ ਬਾਦਸ਼ਾਹ, ਸਾਹਮਣੇ ਆ ਜਾ ਕੋਨੀ। ਹੋਰ ਭਾਈ ਰਿਆਜ਼ ਹਸਨ, ਕੀ ਹਾਲ ਨੇ, ਸਿਹਤਾਂ ਤਬੀਅਤਾਂ ਠੀਕ ਨੇ? ਇਹ ਕਿੰਨਵਾਂ ਸੁਬਾਹ ਸੂਈ ਹੈ? ਤੀਸਰਾ। ਤੇ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ? ਪੰਜਵਾਂ ਦਿਨ। ਥੱਲੇ ਕੱਟਾ ਚਵਾਈ ਕੇ ਜੀ? ਤੇ ਇਸ ਟਾਈਮ ਕਿੰਨਾ ਆਪਾਂ ਦੁੱਧ ਚਵਾਵਾਂਗੇ? ਦੋਵਾਂ ਟਾਈਮ 16 ਕਿਲੋ ਪੱਕਾ? ਤੇ ਕੀ ਇਹਦਾ ਹੁਣ ਆਪਾਂ ਲੇਖਾ ਲੁਖਾ ਲੈਣਾ? ਦੇ ਆਵਾਜ਼ ਹੈ 9 ਲੱਖ ਰੁਪਈਆ ਵੇ ਨਹੀਂ, ਜਿਹੜੇ ਲੈਣੇ ਨੇ ਉਹੀ ਗੱਲ ਕਰੀ ਹੈ, ਪੱਕੀ ਗੱਲ ਕੀਤੀ, 9 ਲੱਖ ਰੁਪਈਆ ਇਹਦੇ ਵਿੱਚ ਪਿਆਰ ਮੁਹੱਬਤ ਹੋ ਜਾਏਗਾ। ਲਓ ਜੀ, ਇਨਸ਼ਾਅੱਲਾ ਤਾਲਾ ਜਿਹੜੇ ਭਰਾਵਾਂ 'ਤੇ ਅਗਲੀ ਗੱਲ ਰਹਿ ਗਈ, 9 ਲੱਖ ਰੁਪਈਆ ਜਿਹੜੀ ਨਾ ਮਾਲਕਾਂ ਨੇ ਡਿਮਾਂਡ ਕੀਤੀ ਹੈ, ਅਤੇ ਇਹਦੇ ਵਿੱਚ ਨਾ ਪਿਆਰ ਮੁਹੱਬਤ ਜ਼ਰੂਰ ਹੋਏਗਾ। ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ, ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ। ਪਾਕਿਸਤਾਨ ਜ਼ਿੰਦਾਬਾਦ।